ਦਰਜ 20 ਰੁਪਏ ਦਿਓ ਇੱਥੇ ਦੇ ਦੋ ਪੈਸੇ ਜਮੀਨ ਸੁਆ ਜਮੀਨ ਬਈ ਪੇਪਰ ਦੇ ਆਪਾਂ ਸੱਚਖੰਡ ਸ੍ਰੀ ਹਜੂਰ ਸਾਹਿਬ ਨੂੰ ਜਾਣਦੇ ਆ ਤੇ ਆ ਬਾਜ਼ਾਰ ਲੱਗੇ ਆ ਥੋੜੀ ਗਰਮੀ ਆ ਤੇ ਸੰਗਤ ਥੋੜੀ ਘੱਟ ਹੈ ਤੇ ਬਹੁਤ ਜ਼ਿਆਦਾ ਗਰਮੀ ਆ ਤਲਵੀਰ ਰੁਮਾਲ ਦੇਖਦੇ ਪਏ ਸਿਰ ਉੱਪਰ ਲੈਣ ਲਈ ਹਾਂਜੀ ਚਿੱਟਾ ਸੋ ਵੱਡਾ ਬਾਈ ਪਿੱਛੇ ਰਹਿ ਗਿਆ ਸੀ ਇਕੱਲਾ ਇਕੱਲਾ ਨਾਰੀਅਲ ਪਾਣੀ ਪੀ ਜਾਂਦਾ ਵਾ ਨਜ਼ਾਰੇ ਦੇ ਲਓ ਜੀ ਸੋਡਾ ਵਾਟਰ ਬਹੁਤ ਟਾਈਮ ਬਾਅਦ ਪੀਣ ਲੱਗੇ ਆ ਸੋਡਾ ਵਾਟਰ ਗੁਰੂ ਘਰ ਚੱਲੇ ਸੀ ਗੁਰੂ ਘਰ ਤੋਂ ਪਹਿਲਾਂ ਇਹਨਾਂ ਨੂੰ ਪਿਆਸਾ ਲੱਗ ਗਿਆ ਕਿਸੇ ਨੂੰ ਗਰਮੀ ਲੱਗੀ ਜਾਂਦੀ ਕਿਸੇ ਦੇ ਕੁਛ ਹੋਈ ਜਾਂਦਾ ਉਹ ਤਾਇਆ ਦੁਆਲੇ ਹੋ ਗਿਆ ਸ਼ਬਾਜ ਦੀ ਉਹ ਸਰਗੁਣ ਬੈਠੀ ਹੈ ਭਾਬੀ ਕੀ ਚੱਲ ਗਈ ਦਰਜੀਤ ਪੀ ਕੇ ਦੱਸੋ ਕਿੱਦਾਂ ਜੰਮੀ ਤਲਵੀਰ ਹੁਣ ਰਿਵਿਊ ਦੇਣ ਤਲਵੀ ਜਮੀ ਬਿਨਾ ਮਿੱਠੇ ਤੂੰ ਨਹੀਂ ਸਵਾਦ ਜਮੀ ਮਰਜ਼ੀ ਠੰਡ ਪੈ ਗਈ ਪੀ ਕੇ ਇੰਨੀ ਗਰਮੀ ਆ ਸਾਨੂੰ ਬਾਹਰ ਨਿਕਲਿਆ ਮੇਰੇ ਖਿਆਲ ਇੱਕ ਘੰਟਾ ਹੋਇਆ ਸੀ ਤਿੰਨ ਜਗ੍ਹਾ ਤੂੰ ਇੱਕ ਜਗ੍ਹਾ ਮੈਂ ਅਨਾਰ ਜੂਸ ਪੀਤਾ ਇੱਕ ਜਗ੍ਹਾ ਤੇ ਮੈਂ ਹਦਵਾਣਾ ਖਾਧਾ ਹੁਣ ਇੱਥੇ ਮੈਂ ਸੋਡਾ ਪੀਤਾ ਫਿਰ ਵੀ ਕੋਈ ਗਰਮੀ ਦਾ ਹਿਸਾਬ ਕਿਤਾਬ ਨਹੀਂ ਲੱਗਦਾ ਪਿਆ ਸਾਰੇ ਸੋਡਾ ਪੀ ਰਹੇ ਹੈ ਤੇ ਸ਼ਹਿਬਾਜ਼ ਬਿਜ਼ੀ ਆਪਣੇ ਟੋਇਸ ਚ ਇਹਨੂੰ ਕੋਈ ਪਰਵਾਹ ਨਹੀਂ ਖਾਣ ਪੀਣ ਦੀ ਜਦੋਂ ਟੋਇਸ ਮਿਲ ਜਾਣ
ਇੱਥੇ ਹੁਣ ਬਾਬਾ ਕੁਲਵੰਤ ਸਿੰਘ ਜੀ ਆਉਗੇ ਸੱਚਖੰਡ ਸ੍ਰੀ ਹਜੂਰ ਸਾਹਿਬ ਜੀ ਦਾ ਸੇਵਾ ਅੰਦਰ ਲੈਂਦੇ ਆਪਣੀ ਗੁਰੂ ਸਾਖ।